ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇੱਕ ਹੋਰ ਵੱਡੀ ਖਬਰ ਨੂਰ ਦੇ ਬਾਰੇ ਹੁਣੇ-ਹੁਣੇ ਆਈ ਮਾੜੀ ਖਬਰ ਹੋ ਰਹੀਆਂ ਅਰਦਾਸਾਂ ਤਾਜ਼ਾ ਵੱਡੀ ਖਬਰ ਲੈ ਕੇ ਆਏ ਆਂ ਜੀ ਪੰਜਾਬ ਦੀ ਟਿਕਟੌਕ ਸਟਾਰ ਨੂਰ ਦੇ ਬਾਰੇ ਵੱਡੀ ਖਬਰ ਆ ਰਹੀ ਆ ਜੀ ਇਸ ਮਾੜੀ ਖਬਰ ਦੇ ਨਾਲ ਚਿੰਤਾ ਦੀ ਲਹਿਰ ਉਹਨਾਂ ਦੇ ਦਰਸ਼ਕਾਂ ਦੇ ਵਿੱਚ ਦੌੜ ਗਈ ਆ ਜੀ ਉਹਨਾਂ ਦੇ ਸਰੋਤਿਆਂ ਦੇ ਵਿੱਚ ਇਸ ਵੇਲੇ ਚਿੰਤਾ ਦੀ ਲਹਿਰ ਦੌੜ ਗਿਆ ਕਿਉਂਕਿ ਉਹਨਾਂ ਦੇ ਬਾਰੇ ਬੜੀ ਮਾੜੀ ਖਬਰ ਆ ਰਹੀ ਹੈ ਜੀ ਸਾਰੇ ਪਾਸਿਓਂ ਅਰਦਾਸਾਂ ਹੋ ਰਹੀਆਂ ਹਨ ਸੋ ਇਸ ਖਬਰ ਦੇ ਵੱਲ ਸਾਂਝ ਪਾਣ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਨੂਰ ਨੂੰ ਪਸੰਦ ਕਰਦੇ ਹੋ ਨੂਰ ਦੀਆਂ ਵੀਡੀਓ ਨੂੰ ਪਸੰਦ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਵੀਡੀਓ ਨੂੰ ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨੂਰ ਦੇ ਲਈ ਅਰਦਾਸ ਕਮੈਂਟ ਸੈਕਸ਼ਨ 'ਚ ਜ਼ਰੂਰ ਲਿਖੋ ਕਿਉਂਕਿ ਟਿਕਟੌਕ ਸਟਾਰ ਅਤੇ ਉਸਦੇ ਪਿਤਾ ਨੂੰ ਕੋਰੋਨਾ ਵਾਇਰਸ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਬਿਲਕੁਲ ਤੁਸੀਂ ਠੀਕ ਸੁਣ ਰਹੇ ਹੋ ਜੀ ਟਿਕਟੌਕ ਸਟਾਰ ਨੂਰ ਅਤੇ ਉਸਦੇ ਪਿਤਾ ਨੂੰ कोरोना वायरस ने अपनी लपेट दे विच ਲੈ लिया असल दे विच नूर ने पंजाब दे मुख्यमंत्री कैप्टन अमरिंदर सिंह ਕੋਲੋਂ ਰਖੜੀ ਵਾਲੇ ਦਿਨ ਰਖੜੀ ਬੰਨਨ ਦਾ ਸਮਾਂ ਮੰਗਿਆ ਸੀ ਪਰ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਮਿਲੇ ਸੰਦੇਸ਼ ਤੋਂ ਬਾਅਦ ਉਹਨਾਂ ਨੇ ਦੋ ਵਾਰ ਆਪਣਾ ਕੋਰੋਨਾ ਟੈਸਟ ਕਰਵਾਇਆ ਤੇ ਦੂਵੇਂ ਵਾਰ ਉਹ ਪੋਜ਼ਿਟਿਵ ਮਿਲੇ ਹਨ ਇਸ ਗੱਲ ਦੀ ਪੁਸ਼ਟੀ ਮੋਗਾ ਦੇ ਸਿਵਲ ਸਰਜਨ ਡਾਕਟਰ ਅਮਰਪ੍ਰੀਤ ਕੌਰ ਨੇ ਕੀਤੀ ਚਾਈਨਿਸ ਵਾਇਰਸ ਕੋਰੋਨਾ ਨੇ ਸਾਰੀ ਦੁਨੀਆ ਵਿੱਚ ਹਾਹਾਮਕਾਰ ਮਚਾ ਰੱਖਿਆ ਰੋਜ਼ਾਨਾ ਹੀ ਇਸ ਦੀ ਚਪੇਟ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਆ ਰਹੇ ਹਨ ਤੇ ਹਜ਼ਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ਼ ਮਰ ਰਹੇ ਹਨ ਇੰਡੀਆ ਦੇ ਵਿੱਚ ਤਾਂ ਇਸ ਨੇ ਆਪਣੇ ਪੈਰ ਪੂਰੀ ਤਰ੍ਹਾਂ ਫੈਸਾਰ ਲਏ ਹਨ ਕੀ ਛੋਟਾ ਕੀ ਵੱਡਾ ਕੀ ਮੰਤਰੀ ਕੀ ਸੰਤਰੀ ਸਾਰੇ ਇਸ ਦੀ ਲਪੇਟ ਦੇ ਵਿੱਚ ਆ ਰਹੇ ਹਨ ਸੋ ਦੋਸਤੋ ਟਿਕਟੋਕ ਦੀ ਸੇਤਜਾਬੀ ਟਿਕਟੋਕ ਸਟਾਰ ਨੂਰ ਦੀ ਸੇਤਜਾਬੀ ਦੇ ਲਈ ਕਮੈਂਟ ਸੈਕਸ਼ਨ ਚੋਂ ਜ਼ਰੂਰ ਤੁਸੀਂ ਅਰਦਾਸ ਲਿਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਜੋ ਵੀ ਸਾਡੇ ਦੁਆਰਾ ਅਪਡੇਟ ਤੇ ਖਬਰ ਤੇ ਦਿੱਤੀ ਜਾਂਦੀ ਆ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣ ਇਸ ਲਈ ਚੰਗੀ ਫਾਇਦੇਮੰਦ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਸੋ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਆ ਜਿਨ੍ਹਾਂ ਨੇ ਹਲੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਜਲਦੀ ਕਰ ਲਓ ਤੇ ਵੀਡੀਓ ਦੇਖਣ ਦੇ ਲਈ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਹਾਂ